ਸਿੱਖ ਸੰਗਤਾਂ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਦਾ ਜਿਸਮ ਸਾਰਾ ਜਲ ਚੁੱਕਾ ਹੈ, ਚਰਬੀ ਸੜ ਸੜ ਕੇ ਢਲ ਢਲ ਕੇ ਲੋਹ ਦੇ ਉੱਤੇ ਨਾਲ ਹੀ ਬੇਨਤੀ ਕਰਾਂਗੇ ਦਲਬੀਰ ਸੁਣੀ ਹੱਥ ਸੁਣੀ ਵਾਹ।
ਚੁੱਪ ਕਰ ਮਨ ਤੇ ਕਬ ਹੋ ਨਾ ਡਰੋ ਨਾ ਡਰੋ ਆਏ ਸੋ ਜਬ ਜਪਣੀ ਜੀਤ ਕਰੋ ਅਰਦਾਸ ਦਵਿੰਦਰ ਸਿੰਘ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ। ਅੱਜ ਪੰਜਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਹਾਨ ਸ਼ਹੀਦੀ ਪੁਰਬ ਦਿਹਾੜਾ ਹੈ। ਅੱਜ ਅਸੀਂ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਰਾਮਸਰ ਸਾਹਿਬ ਦੇ ਉਸ ਅਸਥਾਨ 'ਤੇ ਖੜ੍ਹੇ ਹਾਂ ਜਿਸ ਅਸਥਾਨ 'ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਲਯੁੱਗ ਜੀਵਾਂ ਦੇ ਉਜਾਲ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਬਾਣੀ ਦਾ ਉਚਾਰਨ ਕਰਵਾਇਆ। ਇਹ ਮਹਾਨ ਬਾਣੀ ਸੁੱਖਾਂ ਦੀ ਮਨੀ, ਸੁੱਖਾਂ ਦੀ ਪਰਛੱਤੀ ਜੋ ਹੈ, ਇਹ ਜੀਵਨ ਦੇ ਇਨਸਾਨ ਦੇ 24 ਘੰਟੇ ਵਿੱਚ 24,000 ਸਵਾਸ ਹਨ ਅਤੇ ਇਸ ਬਾਣੀ ਦੇ 24 ਸਲੋਕ ਹਨ ਅਤੇ 24,000 ਸ਼ਬਦ ਹਨ। ਜੋ ਪ੍ਰਾਣੀ ਇਸ ਬਾਣੀ ਦਾ ਇਹ ਜਾਪ ਕਰਦਾ ਹੈ ਉਸਦੇ ਸਾਰੇ 24,000 ਸਵਾਸ ਦਿਨ ਦੇ ਸਫਲ ਹੁੰਦੇ ਹਨ, ਕਿਉਂਕਿ ਇਹ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਸ ਅਸਥਾਨ 'ਤੇ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਬਾਣੀ ਦਾ ਉਚਾਰਨ ਕੀਤਾ ਅਤੇ ਨਾਲ ਹੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੋ ਕਲਯੁਗੀ ਜੀਵਾਂ ਦੇ ਧਿਆਨ ਵਾਸਤੇ ਸਤਿਗੁਰੂ ਸ਼੍ਰੀ ਗ੍ਰੰਥ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਦਰ ਸੁਦੀ ਇੱਕ ਵਾਲੇ ਦਿਨ ਇਸ ਅਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੀ ਸੰਪਾਦਨਾ ਕਰਨ ਤੋਂ ਉਪਰੰਤ ਇਸ ਅਸਥਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਗਰ ਕੀਰਤਨ ਵਿੱਚ ਲਿਆ ਕੇ ਅੱਜ ਦੇ ਮਹਾਨ ਪੁਰਬ 'ਤੇ ਸੰਗਤਾਂ ਇਸ ਅਸਥਾਨ 'ਤੇ ਬੜੇ ਲੰਬੇ ਸਮੇਂ ਤੋਂ ਜੁੜੀਆਂ ਹਨ। ਸੰਗਤਾਂ ਜਲ ਪਾਣੀ ਦੀ ਸੇਵਾ ਨਿਭਾ ਰਹੀਆਂ ਹਨ, ਮਿੱਠੇ ਅਤੇ ਠੰਡੇ ਜਲ ਦੀਆਂ ਛਬੀਲਾਂ ਲਗਾ ਰਹੀਆਂ ਹਨ। ਗੁਰੂ ਕੇ ਅਸਥਾਨ ਦੇ ਉੱਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਮਹਾਨ ਸਰੋਵਰ 'ਤੇ ਸੰਗਤਾਂ ਇਸ਼ਨਾਨ ਪਾਣੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਜੀਤ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਮੁੱਖ ਸੇਵਾਦਾਰ, ਜੋ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਹਰ ਐਤਵਾਰ ਘਰਾਂ ਦੇ ਵਿੱਚ ਸਮਾਗਮ ਕੀਤੇ ਜਾਂਦੇ ਹਨ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਦੇ ਵਿਸ਼ੇਸ਼ ਸਮਾਗਮ ਗੁਰਦੁਆਰਾ ਰਾਮਸਰ ਵਿਖੇ, ਮੰਜੀ ਸਾਹਿਬ ਵਿਖੇ, ਜਿੱਥੇ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਹਰ ਸਾਲ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦਾਸਾਂ ਕੋਲ ਸੇਵਾ ਲੈਂਦੇ ਹਨ। ਸਤਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ, ਵਾਹਿਗੁਰੂ ਸਭ ਨੂੰ ਨਾਮਦਾਨ ਖੁਸ਼ੀਆਂ ਪ੍ਰਦਾਨ ਕਰਨ, ਬਖਸ਼ਿਸ਼ ਕਰਨ। ਅੱਜ ਦੇ ਦਿਨ ਸ਼ਹੀਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਚ ਜੋਦੜੀ ਬੇਨਤੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਹੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੇ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਸਾਰੀਆਂ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਅੰਮ੍ਰਿਤ ਵੇਲਾ ਬਖਸ਼ਿਸ਼ ਕਰੋ, ਬੇਅੰਤ ਬਾਣੀ ਪੜ੍ਹਨ ਦੀ ਸਮਰੱਥਾ ਪ੍ਰਦਾਨ ਕਰੋ, ਨਿਮਰਤਾ ਪ੍ਰੇਮਾ ਭਗਤੀ ਆਪਣੇ ਚਰਨਾਂ ਦੀ ਪ੍ਰੀਤੀ ਸਾਰੀ ਸੰਗਤ ਨੂੰ ਬਖਸ਼ਿਸ਼ ਕਰੋ, ਫੁੱਲਾਂ ਬਖਸ਼ਣਾ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।